ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਜਿਹੜੀ ਲੈਂਗੁਏਜ 64 ਰੈਵੇਨਿਊ ਜਿਹੜੀ ਰੈਲੀ ਹੋ ਰਹੀ ਹੈ, ਤੁਸੀਂ ਉਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ? ਪਹਿਲਾਂ ਮੈਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਆਪਾਂ ਰੈਲੀ ਕੱਢ ਰਹੇ ਹਾਂ, ਜਿਹੜੇ ਇੰਡੀਆ ਵਿਚਾਰੇ ਬੈਠੇ ਸਾਡੇ ਭੈਣ ਭਰਾ ਬਜ਼ੁਰਗ ਜਿਹੜੇ ਦਿੱਲੀ ਨਹੀਂ ਮੰਨਣ ਡੀ, ਉਹਨਾਂ ਦੇ ਸੰਘਰਸ਼ ਵਾਸਤੇ, ਉਹਨਾਂ ਦੀ ਸਪੋਰਟ ਵਾਸਤੇ ਆਪਾਂ ਰੈਲੀ ਕਰ ਰਹੇ ਹਾਂ। ਟਰੈਕਟਰ ਸਾਡੇ ਜਾ ਰਹੇ ਨੇ, ਅਸੀਂ ਘਰੋਂ ਰੈਡੀ ਹੋ ਕੇ ਜਾਣਾ, ਅਸੀਂ ਉੱਥੋਂ ਮੁੜ ਕੇ ਸਾਡੇ ਆਉਣੇ ਹਾਂ। ਅਸੀਂ ਰੋਡ ਦੇ ਉੱਤੇ ਰੈਲੀ ਕਰਨੀ, ਜਿੰਨੇ ਹੋ ਸਕੇ ਟਰੈਕਟਰ ਸਾਡੇ ਸਾਰੇ ਸਪੋਰਟਰ ਨਾਲ ਹੋਣੇ ਚਾਹੀਦੇ। ਸਾਡੇ ਭਰਾ ਨੇ, ਸਾਰੇ ਭਰਾ ਨਾਲ ਨੇ, ਉਹਨਾਂ ਟਰੈਕਟਰ ਰੈਡੀ ਕੀਤੇ ਆ, ਟਰਾਲੀਆਂ ਰੈਡੀ ਕੀਤੀਆਂ ਨੇ ਜਾਣ ਵਾਸਤੇ ਰੈਲੀ ਵਾਸਤੇ। ਸਾਰੇ ਹੁਮ ਆ ਕੇ ਪਹੁੰਚੋ ਰੈਲੀ ਵਿੱਚ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਪੋਰਟ ਕਰੋ, ਜਿੰਨੀ ਤੁਹਾਡੀ ਹੋ ਸਕਦੀ ਹੈ ਸਪੋਰਟ ਸਾਰਿਆਂ ਦੀ ਕਰੋ। ਇੰਨੀ ਠੰਡ ਪੈ ਰਹੀ ਹੈ, ਕੜਾਕੇ ਦੀ ਠੰਡ ਪੈ ਰਹੀ ਹੈ, ਔਰ ਲਗਾਤਾਰ ਫਾਰਮਰਸ ਆਪਣਾ ਪ੍ਰੋਟੈਸਟ ਕੰਟੀਨਿਊ ਕਰ ਰਹੇ ਨੇ, ਅਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਫਾਰਮਰਸ ਜਿਹੜੇ ਸਾਡੇ ਭੈਣ ਭਰਾ ਉੱਧਰ ਸਿੰਘੂ ਬਾਰਡਰ 'ਤੇ ਬੈਠੇ ਹੋਏ ਨੇ ਦਿੱਲੀ? ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਹਿੰਮਤ ਨਾ ਹਾਰੋ, ਸਾਰੀ ਦੁਨੀਆ ਤੁਹਾਡੇ ਨਾਲ ਆ, ਅਸੀਂ ਕੈਨੇਡਾ ਅਮਰੀਕਾ ਜਿੱਥੇ ਵੀ ਪੰਜਾਬੀ ਬੈਠੇ ਸਾਰੇ ਨਾਲ ਨੇ, ਪੰਜਾਬ ਤਾਂ ਨਾਲ ਹੈਗਾ, ਹਰਿਆਣਾ ਪੰਜਾਬ ਉੱਤਰਾਂਚਲ ਯੂਪੀ ਸਾਰਾ ਨਾਲ ਆ, ਅਸੀਂ ਪੰਜਾਬ ਸਾਰਾ ਨਾਲ ਆ, ਕੈਨੇਡਾ ਅਮਰੀਕਾ ਸਾਰਾ ਨਾਲ ਹੈਗਾ। ਡਰਨ ਦੀ ਲੋੜ ਨਹੀਂ, ਪੂਰੀ ਸਪੋਰਟ ਕਰਾਂਗੇ, ਜਿੰਨੀ ਹੋ ਸਕਦੀ ਕਰਾਂਗੇ ਸਪੋਰਟ। ਬਹੁ ਆਪਣੋ ਹੱਕ ਮਿਲਣਗੇ, ਇਹ ਨਹੀਂ ਹੱਕ ਨਹੀਂ ਮਿਲਣਗੇ, ਹੱਕ ਮਿਲਣਗੇ, ਹੱਕ ਲਵਾਂਗੇ ਆਪਾਂ। 26 ਜਨਵਰੀ ਨੂੰ ਕਹਿ ਰਹੇ ਨੇ ਕਿ ਉੱਧਰ ਟਰੈਕਟਰ ਮਾਰਚ ਹੋਏਗਾ, ਔਰ ਮਹਿਲਾ ਰੈਲੀ ਦੀ ਵੀ ਘੋਸ਼ਣਾ ਕੀਤੀ ਉਹਨਾਂ ਨੇ ਕਿ ਅਸੀਂ ਕੱਢਣੀ ਹੈ 26 ਜਨਵਰੀ, ਅਤੇ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ 'ਚ? ਜਿਹੜਾ ਅਸੀਂ ਕੱਢਣ ਰੈਲੀ ਤਾਂ ਕੱਢਣਗੇ ਦਿੱਲੀ, ਜਿਹੜਾ ਪੀਸਫੁੱਲ ਉਹ ਮੰਗਦੇ ਆ ਕਿ ਜੇ ਮੰਗਾਂ ਮੰਨ ਜਾਂਦੇ ਆ ਫਿਰ ਤਾਂ ਓਕੇ, ਜੇ ਮੰਗਾਂ ਨਹੀਂ ਮੰਨਦੇ ਫਿਰ ਅਸੀਂ ਧੱਕਾ ਵੀ ਕਰਾਂਗੇ, ਬੈਰੀਅਰ ਗੇਟ ਵੀ ਤੋੜਾਂਗੇ, ਸਾਰੇ ਤੋੜਾਂਗੇ, ਦਿੱਲੀ 'ਚ ਐਂਟਰ ਅਸੀਂ ਹੋਵਾਂਗੇ, ਅਸੀਂ ਹੋਵਾਂਗੇ ਐਂਟਰ, ਤਾਂ ਦਿੱਲੀ 'ਚ ਹੋਵਾਂਗੇ 100% ਹੋਵਾਂਗੇ। ਤੁਹਾਨੂੰ ਕੀ ਲੱਗਦਾ ਕਿ ਰੈਲੀ ਹੋਣੀ ਚਾਹੀਦੀ ਹੈ 26 ਜਨਵਰੀ? ਰੈਲੀ ਹੋਣੀ ਚਾਹੀਦੀ 26 ਜਨਵਰੀ ਦੀ, 100% ਹੋਊਗੀ, ਕੋਈ ਗਰਾ ਨਹੀਂ ਹੋਣੀ। ਬਹੁਤ ਟਰੈਕਟਰ ਪੰਜਾਬੋਂ ਆ ਰਹੇ ਆ, ਫਰੈਂਡ ਸਰਕਲ ਸਾਡੇ ਭੈਣ ਭਰਾ ਸਾਰੇ ਆ ਰਹੇ ਨੇ, ਆਉਣਗੇ ਸਾਰੇ ਚੰਗੀ ਤਰ੍ਹਾਂ ਉੱਥੇ ਹੋਣਗੇ। ਅਤੇ ਤੁਸੀਂ ਇਹ ਲੰਗਰ ਲਾਏ ਆ, ਅਤੇ ਤੁਸੀਂ ਆਪਣੇ ਕਿਸਾਨ ਮਜ਼ਦੂਰਾਂ ਨੂੰ ਇੰਨਾ ਸਪੋਰਟ ਕਰ ਰਹੇ ਹੋ, ਆਪਣੇ ਕਿਸਾਨ ਭੈਣਾਂ ਭਰਾਵਾਂ ਨੂੰ, ਅਤੇ ਕੀ ਕਹੋਗੇ ਉਹਦੇ ਬਾਰੇ 'ਚ? ਐਕਚੁਲੀ ਅਸੀਂ ਵੀ ਕਿਸਾਨ ਆ ਪਿੱਛੋਂ, ਅਸੀਂ ਇੰਡੀਆ ਤੋਂ ਆ, ਸਾਡੇ ਈਵਨ ਮੇਰੇ ਫਾਦਰ, ਮੇਰੇ ਬ੍ਰਦਰ ਸਟਿਲ ਫਾਰਮਿੰਗ ਕਰਦੇ ਨੇ, ਅਤੇ ਇਸ ਕਰਕੇ ਅਸੀਂ ਸਪੋਰਟ ਕਰ ਰਹੇ ਹਾਂ, ਕਿਉਂਕਿ ਅਗਰ ਇਹ ਉਹਨਾਂ ਵਾਸਤੇ ਹਾਰਡ ਆ ਦੀ ਜਿਹੜੇ ਉਹਨਾਂ ਨੇ ਕਾਨੂੰਨ ਬਣਾਏ ਨੇ, ਅਤੇ ਅਸੀਂ ਵੀ ਇੱਥੋਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਕਿ ਉਹ ਇਸ ਵਾਸਤੇ ਲੜਨ ਅਤੇ ਜਿੱਤਣ, ਇਹ ਕਾਨੂੰਨ ਕੈਂਸਲ ਹੋਣ, ਅਤੇ ਸਾਡੇ ਸਾਰੇ ਭਰਾ ਖੁਸ਼ ਹੋਣ ਜਿਹੜੇ ਦਿੱਲੀ ਆਏ ਹੋਏ ਨੇ ਆਪਣੇ ਆਪਣੇ ਘਰਾਂ ਨੂੰ ਜਾਣ, ਕਿਉਂਕਿ ਬਹੁਤ ਠੰਡ ਆ, ਉਹ ਬਹੁਤ ਹਾਰਡ ਟਾਈਮ ਕੱਢ ਰਹੇ ਆ, ਅਤੇ ਅਸੀਂ ਉਹਨਾਂ ਨੂੰ ਪੂਰੀ ਸਾਡੇ ਵੱਲੋਂ ਸਪੋਰਟ ਆ, ਅਸੀਂ ਇੰਨੀ ਦੂਰ ਰਹਿੰਦੇ ਹੋਏ ਵੀ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ, ਕਿਉਂਕਿ ਉਹ ਸਾਡੇ, ਅਸੀਂ ਉਹਨਾਂ ਨਾਲ ਜੁੜੇ ਹੋਏ ਹਾਂ। ਰੀਅਲੀ ਮੈਂ ਬਹੁਤ ਪ੍ਰਾਊਡ ਕਰਦੀ ਹਾਂ ਕਿ ਮੈਂ ਪੰਜਾਬੀ ਹਾਂ, ਕਿਉਂਕਿ ਪੰਜਾਬੀ ਹੀ ਇੱਕ ਇਹੋ ਜਿਹੀ ਕੌਮ ਹੈ ਜੋ ਕਿ ਇੰਨੀ ਹੈਲਪਫੁਲ, ਇੰਨਾ ਹੁਣ ਉਹਨਾਂ ਨੇ ਇੱਕ ਏਕਤਾ ਦਿਖਾਈ ਆ ਕਿ ਕੋਈ ਵਾਇਲੈਂਸ ਨਹੀਂ ਹੈਗਾ। ਇਟਸ ਅ ਵੈਰੀ ਬਿਗ ਥਿੰਗ ਕਿ ਮੈਨੂੰ ਬਹੁਤ ਪ੍ਰਾਊਡ ਆ ਕਿ ਮੈਂ ਇੱਕ ਸਿੱਖ ਪੰਜਾਬੀ ਹਾਂ ਅਤੇ ਪੰਜਾਬੀ ਕਿਸਾਨ ਦੀ ਬੇਟੀ ਹਾਂ। ਓਕੇ, ਵਟ ਡੂ ਯੂ ਥਿੰਕ ਅਬਾਊਟ ਦਿਸ ਕਿਸਾਨ ਰੈਲੀ ਵਿਚ ਇਜ਼ ਗੋਇੰਗ ਔਨ ਐਂਡ ਦ ਪ੍ਰੋਟੈਸਟ ਵਿਚ ਇਜ਼ ਗੋਇੰਗ ਔਨ ਅਗੇਂਸਟ ਦ ਲਾਜ਼ ਇਨ ਇੰਡੀਆ? I think it's great because without farmers we're basically nothing. You eat every day, we eat every day. Without farmers we can't do anything, and for them to get their rights is really important in India, especially this, people are dying every day, hundreds and hundreds of people, and they're sitting there in the cold, which is commendable, it's remarkable. Mm-hmm. I really appreciate that. Yeah, we need to support the farmers. It's really important because that's how we get our food. They feed the entire world, so we need to support our farmers. ਮੈਂ ਇੱਕ ਕਿਸਾਨ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ। ਮੈਂ ਪਿੱਛੇ ਵੀ ਅਸੀਂ ਬਹੁਤ ਜ਼ਿਆਦਾ ਮੰਮੀ ਪਾਪਾ ਰਾਣਾ ਅਸੀਂ ਜਾਂਦੇ ਰਹੇ ਹਾਂ, ਕਿਸਾਨੀ ਖੇਤੀ ਵੀ ਕੀਤੀ ਅਸੀਂ ਵੀ, ਬਟ ਜੋ ਸਾਨੂੰ ਮਾਣ ਆ ਅਸੀਂ ਵੀ ਇੱਕ ਕਿਸਾਨ ਦੇ ਬੱਚੇ ਹਾਂ, ਅਤੇ ਮੈਂ ਉਹਨਾਂ ਦੇ ਹੱਕ ਦੇ ਵਿੱਚ ਖੜ੍ਹੇ ਹੋ ਕੇ ਵੀ ਆਪਦੇ ਬੱਚਿਆਂ ਨੂੰ ਇੰਨੀ ਠੰਡ ਦੇ ਵਿੱਚ ਲੈ ਕੇ ਖੜ੍ਹੀ ਹਾਂ, ਕਿਉਂਕਿ ਉਹਨਾਂ ਨੇ ਜੋ ਵੀ ਉਹਨਾਂ ਨੇ ਲਾਅ ਪਾਸ ਕੀਤਾ ਉਹ ਟੋਟਲੀ ਅੰਗੇਸਟ ਆ। ਸਾਡੀਆਂ ਜ਼ਮੀਨਾਂ ਜਾ ਰਹੀਆਂ, ਸਾਡਾ ਸਾਰਾ ਕੁਛ ਜਾ ਰਿਹਾ, ਸੋ ਕਿਸੇ ਦੀ ਰੋਟੀ ਜਾ ਰਹੀ ਹੋਵੇ ਸਾਰੇ ਰੌਲਾ ਪਾਉਂਦੇ ਆ। ਕਿਸੇ ਦੀ ਰੋਟੀ 'ਚ ਤੁਸੀਂ ਕੁੱਤੇ ਦੇ ਵੀ ਅੱਗੋਂ ਰੋਟੀ ਚੱਕ ਲਓ ਉਹ ਵੀ ਰੋਂਦਾ, ਉਹ ਵੀ ਤੁਹਾਨੂੰ ਅੱਗੋਂ ਪਾਊਗਾ, ਅਤੇ ਸੇਮ ਅਸੀਂ ਵੀ ਉਵੇਂ ਹੀ ਕਰ ਰਹੇ ਹਾਂ। ਜੇ ਸਾਡੇ ਅੱਗੋਂ ਰੋਟੀ ਖੋ ਰਹੇ ਆ ਤਾਂ ਅਸੀਂ ਬੋਲਾਂਗੇ, ਅਸੀਂ ਰੌਲਾ ਪਾਵਾਂਗੇ, ਅਤੇ ਅਸੀਂ ਆ ਕਿਸਾਨਾਂ ਦੇ ਹੱਕ 'ਚ ਪੂਰੇ ਖੜ੍ਹੇ ਹਾਂ, ਅੱਜ ਵੀ ਖੜ੍ਹੇ ਹਾਂ ਅਤੇ ਅੱਗੇ ਵੀ ਖੜ੍ਹੇ ਰਹਾਂਗੇ। ਲੀਡਰ ਸਾਰੇ ਵਿਕ ਜਾਂਦੇ, ਤਾਂਹੀਓ ਹੁਣ ਯਾਰ ਕਹਿਣ ਡੇ ਦੋ ਤਿੰਨ ਬੰਦੇ ਹੋਏ ਮੈਂਬਰ ਜ਼ਿਆਦਾ ਨੇ 40-45 ਵੀ ਸਾਨੂੰ ਵੇਖਿਆ ਖਰੀਦਿਆ ਨਹੀਂ ਜਾਂਦਾ, ਤਾਂ ਉਹ ਮੰਗਣ ਡਏ ਨੇ ਬੰਦੇ ਦੋ ਤਿੰਨ। ਇਸੇ ਕਰਕੇ ਆਪਣੇ ਜਿਹੜੇ ਕਾਂਗਰਸ ਹੈਗੇ ਨਾ ਕਿਸਾਨ, ਇਹਨਾਂ ਏਕਤਾ ਬਹੁਤ ਹੈ, ਨਾ ਪਾਟਲਾਂ ਦਾ ਨਾ ਵੱਖਰਾ ਨਾ ਕਿਸੇ ਵਿਕਣਾ, ਇਹ ਸਾਨੂੰ ਬਹੁਤ ਮਾਣ ਹੈ ਆਪਣੇ ਲੀਡਰ ਜਿਹੜੇ ਲੀਡਰਸ਼ਿਪ ਕਰਨ ਡਏ ਨੇ ਕਿਸਾਨ ਯੂਨੀਅਨ ਦੀ, ਬਹੁਤ ਲੀਡ ਕਰਨ ਡੇ, ਬਹੁਤ ਸਾਨੂੰ ਮਾਣ ਇਹਨਾਂ 'ਤੇ ਵੀ ਜਿਹੜੇ ਵਿਕਣ ਵਾਲੇ ਇਹਨਾਂ 'ਤੇ ਕੋਈ ਨਹੀਂ ਹੈਗਾ।
ਇਹ ਹੁਣ ਜਿੱਥੇ ਦਿੱਲੀ ਬੈਠੇ ਨੇ ਬੰਦ ਕਰਾ ਤਿੰਨੇ ਕਾਨੂੰਨ ਕੈਂਸਲ ਰੱਦ ਕਰਾ ਕੇ ਫਿਰ ਹੀ ਵਾਪਸ ਆਉਣਗੇ। ਅਸੀਂ ਤਾਂ ਆਪ ਹਮਾਇਤ ਕਰਦੇ ਹਾਂ, ਅਸੀਂ ਮੈਂ ਫਿਰ ਜਾਣ ਨੂੰ ਫਿਰ ਤਾਂ ਸ਼ਾਰਾ ਅੱਜ ਭਰ ਕੇ ਚਲੇ ਜਾਵਾਂ ਇੰਡੀਆ ਨੂੰ ਮੈਂ, ਇਸੇ ਕਰਕੇ ਜੀ ਮੋਦੀ ਸਰਕਾਰ ਤਾਂ ਕਮੀ ਹੈਗੀ ਵਿਕਾਊ ਸਰਕਾਰ ਹੈ, ਉਹਨਾਂ ਦੀ ਕਾਠਪੁਤਲੀ ਆ, ਇਹ ਆਪ ਦਾ ਸਰਕਾਰ ਤਾਂ ਹੈ ਹੀ ਨਹੀਂ ਉਹਨਾਂ ਦੀ। ਉਹਦੇ ਦੋ ਤਿੰਨ ਬੰਦੇ ਸਰਕਾਰ ਚਲਾਉਣ ਡਏ ਨੇ ਜਿਨ੍ਹਾਂ ਨੇ ਅਡਾਨੀ ਅਬਾਨੀਆਂ ਸਾਰੇ ਸੈਲੋ ਬਣਾਏ ਨੇ, ਸਾਰੇ ਇੰਡੀਆ 'ਚ ਬਣਾਏ ਨੇ, ਇਸੇ ਕਰਕੇ ਬਣਾਏ ਨੇ। ਇਹ ਹੁਣ ਤੋਂ ਨਹੀਂ, ਇਹ ਤਾਂ ਬੜੇ 6-7 ਸਾਲ ਤੋਂ ਕੰਮ ਚੱਲਣ ਡਿਆ, ਸਕੀਮ ਨਾਲ ਚੱਲਣ ਡਿਆ ਸਾਰੇ ਹੀ, ਹੌਲੀ ਹੌਲੀ ਸਟੈਪ ਬਾਈ ਸਟੈਪ। ਹੁਣ ਇਹ ਪਾਣੀ ਭਰ ਕੇ ਇਹਨਾਂ ਦਾ ਜ਼ਿਆਦਾ ਘੜਿਆਂ 'ਚੋਂ, ਉਹ ਪੰਜਾਬ ਕਰਕੇ, ਕਿਉਂ ਜਿਹੜੇ ਦੂਜੇ ਸੀ ਉਹ ਥੋੜ੍ਹੇ ਡਰਪੋਕ ਸੀ, ਉਹ ਅੱਗੇ ਆਏ ਨੀਗੇ। ਇਹ ਪੰਜਾਬ 'ਚ ਆਪਣੇ ਸਿੱਖ ਤੁਹਾਨੂੰ ਪਤਾ ਵੀ ਇਹਦੇ ਮਰਨ ਮਰਾਉਣ ਤੱਕ ਜਾਂਦੇ ਨੇ, ਇਹਦੇ ਆਪਣੀ ਹੋਂਦ ਸੀ ਛੱਡਣ ਲੱਗੇ, ਤਾਂ ਕਰਕੇ ਕੰਮ ਹੋਇਆ ਸਾਰਾ ਇਹ। ਨਹੀਂ ਤਾਂ ਜੇ ਪਹਿਲਾਂ ਕਿਤੇ ਪੰਜਾਬ 'ਚ ਕਰਨੇ ਪਹਿਲਾਂ ਹੋ ਜਾਣਾ ਸੀ ਕੰਮ ਇਹ, ਜਦੋਂ ਇਹਨਾਂ ਇੱਥੇ 70 ਧਾਰਾ ਸਾੜੀ ਆ ਹਟਾਈ ਆ, ਜੇ ਉਦੋਂ ਕਿਤੇ ਸਿੱਖ ਨਾ ਰਾਜ ਨੇ ਉਦੋਂ ਵੀ ਨਹੀਂ ਇਹਨੇ ਮੂੰਹ ਨਹੀਂ, ਇਹਨਾਂ ਨੂੰ ਪੈ ਗਿਆ ਮੂੰਹ ਵੀ ਇਹ ਜੋ ਕਰੀ ਮੰਨੀ ਜਾਂਦੇ ਨੇ, ਤਾਂ ਕਰਕੇ ਕੰਮ ਹੋਣ ਡਿਆ ਸਾਰਾ ਹੀ ਹੈ। ਸਾਨੂੰ ਮਾਣ ਹੈ ਆਪਣੇ ਲੀਡਰਾਂ ਦੇ, ਕਿਸਾਨਾਂ ਦਾ ਵੀ, ਇਹ ਵਿਕਣ ਨਹੀਂ ਡੇ, ਇਹ ਸਫਲ ਹੋ ਗਏ ਆਉਣਗੇ ਕਰਨ ਨੂੰ। ਰੈਲੀ ਤਾਂ ਹੁਣ ਆਪਾਂ ਕਰ ਰਹੇ ਉਹਨਾਂ ਲਈ, ਪਰ ਗੌਰਮੈਂਟ ਨੂੰ ਵੀ ਸੋਚਣਾ ਚਾਹੀਦਾ, ਅਕਸਰ ਇੰਨੀ ਠੰਡ 'ਚ ਬੰਦੇ ਬੈਠੇ ਆ ਉੱਥੇ ਜੀ, ਕਿਉਂਕਿ ਠੰਡ ਬਹੁਤ ਆ, ਐਵਰੀ ਡੇ ਲਾਈਕ 2 or 3 ਆ ਰਹੀਆਂ ਜੀ ਡੈਥਸ ਆ ਰਹੀਆਂ ਆ, ਅਤੇ ਗੌਰਮੈਂਟ ਨੂੰ ਉਹਦੇ ਬਾਰੇ ਸੋਚਣਾ ਚਾਹੀਦਾ, ਅਤੇ ਜੋ ਵੀ ਹੈਗਾ ਨਾ ਤਾਂ ਸਾਰਾ ਛੇਤੀ ਕਰਨਾ ਚਾਹੀਦਾ। ਅੱਜ ਦੀ ਰੈਲੀ ਅਸੀਂ ਰੋਸ ਪਲੇਈ ਕਰ ਰਹੇ ਹਾਂ ਗੌਰਮੈਂਟ ਲਈ, ਹਾਂਜੀ। ਬਾਕੀ ਹੁਣ ਦੇਖੋ ਜੀ ਕੀ ਕਰ ਰਹੀ ਗੌਰਮੈਂਟ ਨੂੰ ਸੋਚਣਾ ਚਾਹੀਦਾ ਜੀ, ਹੁਣ ਇੰਟਰਨੈਸ਼ਨਲ ਤੌਰ 'ਤੇ ਜਾ ਰਹੀ ਹੈ ਜੀ ਸਾਰੀ ਰੈਲੀ, ਹਾਂਜੀ ਹਾਂਜੀ। ਅਤੇ ਅੱਗੇ ਵੀ ਤੁਹਾਡਾ ਕੰਟੀਨਿਊ ਕਰਨ ਦਾ ਇਰਾਦਾ ਹੈ, ਜੇ ਜਦ ਤੱਕ ਗੌਰਮੈਂਟ ਮੰਗਾਂ ਨਹੀਂ ਮੰਨੇਗੀ ਤੁਸੀਂ ਕੰਟੀਨਿਊ ਕਰਦੇ ਰਹੋਗੇ ਅੱਗੇ ਵੀ ਕਰਾਂਗੇ ਜੀ, ਹਾਂਜੀ। ਐਵਰੀਡੇ ਪ੍ਰੋਟੈਸਟਿੰਗ ਚੱਲਦੀ ਆ ਆਪਣੇ ਸਕੋਟ ਰੋਡ 'ਤੇ ਵੀ, ਹਾਂਜੀ ਉੱਧਰ ਵੀ ਹੁੰਦੇ ਹਾਂ, ਪਰ ਐਵਰੀਡੇ ਕਰਾਂਗੇ ਜੀ।